ਇਹ ਨਾ ਆਪਾਂ ਪੂਰਾ ਰਾਊਂਡ ਕੱਢ ਕੇ ਮਸਜਿਦ ਦਾ ਆਪਾਂ ਉਰੋਂ ਐਂਟਰੀ ਕੀਤੀ ਸੀ, ਐਂਟਰੀ ਕਰਕੇ ਇਹਦੇ ਬੈਕ ਸਾਈਡ ਦੀ ਘੁੰਮ ਕੇ ਆਪਾਂ ਫਿਰ ਉਸੇ ਪੁਆਇੰਟ ਦੇ ਉੱਤੇ ਪਹੁੰਚ ਚੁੱਕੇ ਹਾਂ ਜੀ। ਇਹ ਸਾਡੇ ਗਾਈਡ ਸਾਹਿਬ ਨੇ ਝੰਡਾ ਚੱਕਿਆ ਹੋਇਆ ਜੀ, ਇਹ ਤੁਰ ਪਏ ਹੁਣ ਅੱਗੇ ਨੂੰ ਜੀ। ਆਹ ਸਾਡੇ ਮੁਸਾਫਰ, ਸਾਡੇ ਸਾਥੀ, ਇਹ ਵੀ ਸਾਡੇ ਨਾਲ ਨੇ ਜੀ। ਆਓ ਚੱਲਦੇ ਹਾਂ ਆਪਾਂ ਅੱਗੇ ਨੂੰ ਜੀ। ਇਹੀ ਜਗ੍ਹਾ ਹਿੰਦੂ ਮੁਸਲਿਮ ਭਾਈਚਾਰੇ ਦੇ ਇੱਕ ਬਹੁਤ ਹੀ ਵਧੀਆ ਉਦਾਹਰਣ ਹੈ। ਸਾਹਮਣੇ ਤੁਸੀਂ ਦੇਖ ਸਕਦੇ ਹੋ ਰਾਣੀ ਸ਼ਿਪਰੀ ਜੀ ਮਸਜਿਦ ਬਣਾਈ ਹੋਈ ਹੈ, ਅਤੇ ਇਸ ਦੀ ਬੈਕ ਸਾਈਡ ਹੀ ਬਣਿਆ ਹੋਇਆ ਹੈ ਗਾਇਤਰੀ ਮੰਦਿਰ ਜੀ। ਤੁਸੀਂ ਦੇਖ ਸਕਦੇ ਹੋ ਦੋਹੇ ਹੀ 200 ਸਾਲ ਪੁਰਾਣੇ ਨੇ, ਬਹੁਤ ਹੀ ਸੋਹਣਾ ਦੋਹਾਂ ਦਾ ਆਰਕੀਟੈਕਚਰ ਹੈ, ਅਤੇ ਇੱਕੋ ਹੀ ਪਲੇਸ 'ਤੇ ਇੱਕ ਮਸਜਿਦ ਅਤੇ ਇੱਕ ਮੰਦਿਰ ਦਾ ਨਿਰਮਾਣ ਕੀਤਾ ਹੋਇਆ ਜੀ। ਬਹੁਤ ਹੀ ਸੋਹਣੀ ਇਹ ਮਸਜਿਦ ਅਤੇ ਮੰਦਿਰ ਨੂੰ ਬਣਾਇਆ ਗਿਆ ਜੀ। ਤੁਸੀਂ ਇਸ ਜਗ੍ਹਾ 'ਤੇ ਜ਼ਰੂਰ ਵਿਜ਼ਿਟ ਕਰਿਓ। ਬਸ ਰੁਕ ਗਈ ਹੈ ਜੀ, ਸਟੋਪ 'ਤੇ ਉਤਰ ਚੁੱਕੇ ਹਾਂ, ਵਿਜ਼ਿਟ ਕਰਦੇ ਹਾਂ ਇਸ ਸਟੋਪ ਨੂੰ। ਬਣੇ ਰਹੋ ਸਾਡੇ ਨਾਲ, ਵੀਡੀਓ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ 'ਤੇ ਸਵਾਗਤ ਕਰਦੇ ਹਾਂ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਿਜ਼ਿਟ ਕਰਾਂਗੇ ਕੰਕਰੀਆ ਲੇਕ ਨੂੰ, ਅਹਿਮਦਾਬਾਦ ਗੁਜਰਾਤ ਦੇ ਵਿੱਚ ਬਣੀ ਹੋਈ ਹੈ ਜੀ ਇਹ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਇਸ ਕੰਕਰੀਆ ਲੇਕ ਦੇ ਅੰਦਰ ਨੂੰ ਜੀ। ਸਿਕਿਉਰਿਟੀ ਚੈਕਿੰਗ ਕਰਵਾ ਰਹੇ ਹਾਂ, ਟਿਕਟ ਚੈੱਕ ਕਰਵਾਏਗਾ। 10 ਰੁਪਏ ਟਿਕਟ ਆ ਇਹਨੂੰ ਘੁੰਮਣ ਦੀ ਜੀ, ਕੰਕਰੀਆ ਲੇਕ ਨੂੰ। ਅਤੇ ਇਹ ਸਕਿਉਰਿਟੀ ਔਰ ਸਕਿਉਰਿਟੀ ਜ਼ਰੂਰ ਕਰਾ ਲਿਓ ਚੈਕਿੰਗ। ਚੱਲਦੇ ਆਪਾਂ ਹੁਣ ਅੰਦਰ ਨੂੰ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡਾ ਇੱਥੇ ਗਲਿਆਰਾ ਬਣਿਆ ਹੋਇਆ, ਸਾਹਮਣੇ ਜੀ ਲੇਕ ਹੈ। ਆਓ ਚੱਲਦੇ ਹਾਂ ਉਸ ਤਰਫ ਜੀ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਇੱਥੇ ਸਿਟਿੰਗ ਏਰੀਆ ਬਣਾਇਆ ਹੋਇਆ, ਅਤੇ ਇਸ ਸਾਈਡ ਬਣੀ ਹੋਈ ਹੈ ਲੇਕ। ਚੱਲਦੇ ਹਾਂ ਇਸ ਦੇ ਕੋਲ ਅਤੇ ਫੋਟੋਜ਼ ਕਲਿੱਕ ਤੁਸੀਂ ਇੱਥੇ ਕਰਵਾ ਸਕਦੇ ਹੋ, ਅਸੀਂ ਵੀ ਕਰਵਾ ਲੈਂਦੇ ਹਾਂ ਜੀ। ਆਓ ਚੱਲ ਬਣੀ ਹੋਈ ਹੈ ਜੀ ਕੰਕਰੀਆ ਲੇਕ ਦੇ ਵਿੱਚ ਹੀ ਬਟਰਫਲਾਈ ਪਾਰਕ ਬਣੀ ਹੋਈ ਹੈ ਜੀ। ਇਹਦੀਆਂ ਟਿਕਟਾਂ ਨੇ 1 ਜਣੇ ਦੀ 10 ਰੁਪਏ ਦੀ, ਟਿਕਟਾਂ ਆਪਾਂ ਲੈ ਲਈਆਂ ਨੇ ਜੀ 20 ਰੁਪਏ ਦੀਆਂ। ਅਤੇ ਆ ਜਾਓ ਆਪਾਂ ਚੱਲਦੇ ਹਾਂ ਇਸ ਬਟਰਫਲਾਈ ਪਾਰਕ ਦੇ ਅੰਦਰ ਨੂੰ। ਇਹ ਹੈ ਜੀ ਬਟਰਫਲਾਈ ਪਾਰਕ ਦੀ ਐਂਟਰੈਂਸ, ਚੱਲਦੇ ਹਾਂ ਜੀ ਅੰਦਰ। ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਹਰਿਆਲੀ ਹੈ ਜੀ। ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਨਿਰਮਿਤ ਬਣਾਈ ਗਈ ਹੈ ਬਟਰਫਲਾਈ ਪਾਰਕ। ਇੱਥੇ ਅਸੀਂ ਬਟਰਫਲਾਈਜ਼ ਬਾਰੇ ਜਾਣਕਾਰੀ ਲੈ ਵੀ ਸਕਦੇ ਹਾਂ ਜੀ। ਇਹ ਤਿਤਲੀਆਂ ਦੀਆਂ ਅੰਦਰ ਤਸਵੀਰਾਂ ਲੱਗੀਆਂ ਹੋਈਆਂ ਨੇ ਜੀ, ਤੁਸੀਂ ਦੇਖ ਸਕਦੇ ਹੋ। ਜੇ ਤਿਤਲੀਆਂ ਬਾਰੇ ਆਪਾਂ ਜਾਣਨਾ ਹੋਵੇ, ਪੜ੍ਹਨਾ ਹੋਵੇ, ਤਾਂ ਇੰਗਲਿਸ਼ ਅਤੇ ਗੁਜਰਾਤੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਜੀ, ਤੁਸੀਂ ਪੜ੍ਹ ਸਕਦੇ ਹੋ ਜੀ। ਵੀਡੀਓ ਨੂੰ ਰੋਕ ਕੇ ਜੀ ਆ ਜਾਓ, ਅੱਗੇ ਤੁਹਾਨੂੰ ਦਿਖਾਉਂਦੇ ਹਾਂ ਬਹੁਤ ਸੋਹਣਾ ਝਰਨਾ ਬਣਿਆ ਹੋਇਆ ਜੀ। ਜਦੋਂ ਆਪਾਂ ਬਟਰਫਲਾਈ ਪਾਰਕ ਦੇ ਵਿੱਚ ਐਂਟਰ ਹੁੰਦੇ ਹਾਂ, ਇੱਥੇ ਬਹੁਤ ਹੀ ਵਧੀਆ ਵਾਈਬ ਆਉਂਦੀ ਹੈ ਜੀ। ਬਹੁਤ ਜ਼ਿਆਦਾ ਪੇੜ ਲਗਾਏ ਹੋਏ ਨੇ, ਪੰਛੀਆਂ ਦੀਆਂ ਆਵਾਜ਼ਾਂ ਨੇ, ਤੁਸੀਂ ਵਾਟਰਫਾਲ ਦੇਖ ਕੇ ਹਟੇ ਹੋ। ਇਸ ਸਾਈਡ ਹੈ ਜੀ ਬਟਰਫਲਾਈ ਪਾਰਕ, ਚੱਲਦੇ ਹਾਂ ਇੱਧਰ ਨੂੰ। ਜਿਹੜੀ ਬਹੁਤ ਸੋਹਣੀ ਬਣੀ ਹੋਈ ਹੈ ਬਟਰਫਲਾਈ ਪਾਰਕ ਵੀ ਅਹਿਮਦਾਬਾਦ ਸ਼ਹਿਰ ਦੇ ਵਿੱਚ ਜੀ, ਜਿਹੜੀਆਂ ਫੇਮਸ ਪਲੇਸ ਆਉਂਦੀਆਂ ਨੇ ਹੈ ਨਾ ਅਹਿਮਦਾਬਾਦ ਦੀਆਂ, ਤੁਸੀਂ ਗੂਗਲ ਤੋਂ ਸਰਚ ਕਰਦੇ ਹੋ ਤਾਂ ਉਹਦੇ ਵਿੱਚ ਕੰਕਰੀਆ ਝੀਲ ਵੀ ਦਿਸਦੀ ਹੈ ਜੀ, ਆਉਂਦੀ ਆ। ਇਹ ਆ ਕੰਕਰੀਆ ਝੀਲ ਦੇ ਵਿੱਚ ਬਟਰਫਲਾਈ ਪਾਰਕ ਜੀ, ਤੁਸੀਂ ਦੇਖੋ ਕਿੰਨੀ ਗ੍ਰੀਨਰੀ ਆ ਜੀ ਚਾਰੇ ਪਾਸੇ।
ਹੁਣੀ ਆਪਾਂ ਵਾਟਰਫਾਲ ਦੇਖ ਕੇ ਹਟੇ ਹਾਂ ਜੀ, ਅਤੇ ਸਾਹਮਣੇ ਆ ਰਿਹਾ ਫਾਊਂਟੇਨ ਨੂੰ ਉਹ ਵੀ ਵਿਜ਼ਿਟ ਕਰਾਉਂਦੇ ਹਾਂ ਜੀ। ਸਾਡੇ ਚੈਨਲ 'ਤੇ ਬਣੇ ਰਹੋ ਜੀ ਪੂਰੀ ਵੀਡੀਓ ਦੇ ਵਿੱਚ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ। ਵੀਡੀਓ ਜੇ ਤੁਹਾਨੂੰ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਆਪਾਂ ਸਭ ਨੇ ਮਿਲ ਕੇ ਵਿਜ਼ਿਟ ਕਰ ਲਿਆ ਹੈ ਬਟਰਫਲਾਈ ਪਾਰਕ। ਚੱਲਦੇ ਹਾਂ ਆਪਾਂ ਅੱਗੇ ਨੂੰ ਜੀ, ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ। ਇਹ ਜਿਹੜੀ ਕੰਕਰੀਆ ਲੇਕ ਆ ਨਾ, ਇਹਦੇ ਵਿੱਚ ਨਾ ਰਾਤ ਨੂੰ ਬਹੁਤ ਜ਼ਿਆਦਾ ਲਾਈਟਿੰਗ ਹੁੰਦੀ ਆ, ਜਿਹੜੀ ਰਾਤ ਨੂੰ ਇਹ ਡਬਲ ਸੋਹਣੀ ਲੱਗਦੀ ਆ ਜਦੋਂ ਲਾਈਟਿੰਗ ਹੁੰਦੀ ਆ। ਲਾਈਟਿੰਗ ਦੇ ਵਿੱਚ ਨਾ ਜੇ ਆਪਾਂ ਨੂੰ ਸਮਾਂ ਲੱਗਿਆ ਤਾਂ ਆਪਾਂ ਨਾਈਟ ਦੀ ਵੀਡੀਓ ਵੀ ਜ਼ਰੂਰ ਪਾਵਾਂਗੇ। ਇਸ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੀ ਬਿਨਾਂ ਸਕਿੱਪ ਕੀਤੇ ਹੋਏ। ਇੱਥੇ ਜੀ ਫੂਡ ਕਾਊਂਟਰ ਬਣਿਆ ਹੋਇਆ ਜਿੱਥੇ ਅਸੀਂ ਕੁਛ ਖਾਣਾ ਚਾਹੋ ਜਾਂ ਕੁਛ ਲੈਣਾ ਚਾਹੋ ਤਾਂ ਲੈ ਸਕਦੇ ਹੋ ਜੀ। ਮੱਕੀ ਦੇ ਦਾਣੇ ਨੇ, ਆਈਸਕ੍ਰੀਮ ਆ, ਪੈਟੀ ਵਗੈਰਾ ਮਿਲਦੀ ਆ ਇਸ ਜਗ੍ਹਾ ਤੋਂ, ਕੋਲਡ ਡਰਿੰਕਸ ਮਿਲ ਜਾਂਦੇ ਨੇ, ਤੁਸੀਂ ਲੈਣਾ ਚਾਹੋ ਤਾਂ ਲੈ ਸਕਦੇ ਹੋ ਜੀ। ਸਪਰੀਕਾਂ ਦਾ ਮੈਂ ਖਾਣੀ ਆ ਆਈਸਕ੍ਰੀਮ, ਕੋਨ ਕੋਨ ਇਹਨੂੰ ਲੈਤੀ ਅਤੇ ਖਾ ਰਿਹਾ ਆ। ਕਿਵੇਂ ਆ ਬਾਈ, ਕੈਮ ਆ? ਕੰਕਰੀਆ ਝੀਲ ਦੇ ਵਿੱਚ ਨਾ ਇਹ ਬਣਿਆ ਹੋਇਆ ਜੂ ਜੀ, ਤੁਸੀਂ ਜੂ ਨੂੰ ਵੀ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜੀ। ਆਹ ਇਹਦੀ ਟਿਕਟ ਜੀ, ਇੱਥੋਂ ਤੁਸੀਂ ਪੜ੍ਹ ਸਕਦੇ ਹੋ। ਟਿਕਟ ਲੈ ਕੇ ਇਸ ਜਗ੍ਹਾ ਤੋਂ ਤੁਸੀਂ ਜੂ ਦੇ ਅੰਦਰ ਜਾ ਸਕਦੇ ਹੋ ਜੂ ਨੂੰ ਘੁੰਮਣ ਜੀ, ਪਰ ਅਸੀਂ ਨਹੀਂ ਜਾ ਰਹੇ ਜੀ ਕੁਛ ਕਾਰਨਾਂ ਕਰਕੇ ਜੀ। ਫਿਰ ਕਦੇ ਆਏ ਤਾਂ ਜ਼ਰੂਰ ਚੱਲਾਂਗੇ ਜੂ ਦੇ ਅੰਦਰ ਜੀ। ਇਹ ਦੇਖੋ ਦੀਵਾਰ ਦੇ ਨਾਲ ਨਾਲ ਨਾ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਨੇ, ਕਿੰਨੇ ਸੋਹਣੇ ਲੱਗਦੇ ਨੇ ਦੇਖੋ, ਦੇਖਣ ਨੂੰ ਪਿੰਕ ਰੰਗ ਦੇ ਨੇ। ਇਹ ਆ ਜੀ ਭੋਲੇ ਸ਼ੰਕਰ ਮਹਾਂਦੇਵ ਦਾ ਬਣਿਆ ਹੋਇਆ ਮੰਦਰ ਜੀ, ਇਸ ਕੰਕਰੀਆ ਝੀਲ ਦੇ ਅੰਦਰ ਜੀ। ਇਹ ਹਨੂੰਮਾਨ ਚਾਲੀਸਾ ਲਿਖੀ ਹੋਈ ਆ ਗੁਜਰਾਤੀ ਭਾਸ਼ਾ ਦੇ ਵਿੱਚ ਜੀ, ਤੁਸੀਂ ਪੜ੍ਹ ਸਕਦੇ ਹੋ। ਅਤੇ ਇਹ ਆ ਜੀ ਮੰਦਰ, ਭਗਵਾਨ ਭੋਲੇ ਸ਼ੰਕਰ ਜੀ ਦਾ ਮੰਦਰ ਆ ਜੀ, ਅਤੇ ਹਨੂੰਮਾਨ ਜੀ ਦਾ ਮੰਦਰ ਆ ਜੀ, ਇਕੱਠੇ ਨੇ ਦੋਨੇ ਜੀ ਮੰਦਰ ਇਹ। ਇਹ ਝੀਲ ਦੇ ਵਿੱਚ ਸੁਭਾਵਿਕ ਆ ਬੋਟਿੰਗ ਤਾਂ ਹੋਣੀ ਚਾਹੀਦੀ ਹੋਈ ਆ, ਅਤੇ ਬੋਟਿੰਗ ਵੀ ਆ ਇਹਦੇ ਵਿੱਚ ਜੀ, ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ ਹੋ ਜੀ। ਤੁਹਾਨੂੰ ਆਪਣੇ ਫੈਮਿਲੀ ਮੈਂਬਰਸ ਫਰੈਂਡਸ ਨਾਲ ਇੱਥੇ ਜ਼ਰੂਰ ਆਉਣਾ ਚਾਹੀਦਾ ਜੀ, ਅਤੇ ਇਸ ਜਗ੍ਹਾ ਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ। ਤੁਸੀਂ ਦੇਖੋ ਕਿੱਡੀ ਵੱਡੀ ਝੀਲ ਆ ਇਹ ਕੰਕਰੀਆ ਝੀਲ, ਕਈ ਕਿੱਲੇ ਦੇ ਵਿੱਚ ਬਣੀ ਹੋਈ ਹੋਣੀ ਆ ਇਹ ਝੀਲ। ਤੁਸੀਂ ਦੇਖ ਸਕਦੇ ਹੋ ਜੀ ਕੰਕਰੀਆ ਲੇਕ ਦੇ ਵਿੱਚ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਸਟੈਚੂ ਲਗਾਇਆ ਹੋਇਆ ਉਹਨਾਂ ਯਾਦ ਦੇ ਵਿੱਚ, ਅਤੇ ਉਹਨਾਂ ਦੇ ਗਲੇ ਦੇ ਵਿੱਚ ਸੂਤ ਦਾ ਜਿਹੜਾ ਹਾਰ ਪਾਇਆ ਗਿਆ, ਮਾਲਾ ਪਾਈ ਗਈ ਹੈ। ਇਹ ਕੰਕਰੀਆ ਲੇਕ ਦੇ ਵਿੱਚ ਜੀ ਟੋਏ ਟ੍ਰੇਨ ਚੱਲਦੀ ਆ, ਅਤੇ ਉਹਦੀ ਟਿਕਟ ਇਸ ਜਗ੍ਹਾ ਤੋਂ ਤੁਸੀਂ ਲੈ ਸਕਦੇ ਹੋ ਜੀ। ਇਹ ਟਿਕਟ ਰੇਟ ਲਿਖੇ ਹੋਏ ਨੇ, ਤੁਸੀਂ ਪੜ੍ਹ ਸਕਦੇ ਹੋ। ਅਸੀਂ ਵੀ ਟੋਏ ਟ੍ਰੇਨ ਨੂੰ ਘੁੰਮਣਾ ਚਾਹੁੰਦੇ ਸੀ ਪਰ ਪੈਸੇਂਜਰ ਨਾ ਹੋਣ ਕਾਰਨ ਜੀ ਇਹ ਚਲਾ ਨਹੀਂ ਰਹੇ ਅੱਜ ਟ੍ਰੇਨ ਨੂੰ ਜੀ। ਜਦੋਂ ਕਦੇ ਫਿਰ ਗੁਜਰਾਤ ਆਏ ਫਿਰ ਘੁੰਮਾਂਗੇ। ਇਸ ਵਾਰ ਤਾਂ ਤਕਰੀਬਨ ਅਸੀਂ 20-21 ਸਾਲ ਬਾਅਦ ਆਏ ਸੀ, ਅਤੇ ਪਰ ਟੋਏ ਟ੍ਰੇਨ ਦਾ ਸਫ਼ਰ ਅਸੀਂ ਕਰ ਨਹੀਂ ਸਕੇ ਜੀ, ਕਿਉਂਕਿ ਇਹ ਚਲਾ ਨਹੀਂ ਰਹੇ ਪੈਸੇਂਜਰ ਨਾ ਹੋਣ ਦੀ ਵਜ੍ਹਾ ਕਾਰਨ ਜੀ। ਵੈਸੇ ਤਾਂ ਆਪਾਂ ਇਸ ਟ੍ਰੇਨ ਦਾ ਸਫ਼ਰ ਕਰਨਾ ਸੀ ਪਰ ਪੈਸੇਂਜਰ ਨਾ ਹੋਣ ਕਰਕੇ ਟ੍ਰੇਨ ਨਹੀਂ ਚੱਲ ਰਹੀ, ਪਰ ਅਸੀਂ ਤੁਹਾਨੂੰ ਟ੍ਰੇਨ ਦਾ ਵਿਊ ਜ਼ਰੂਰ ਦਿਖਾ ਸਕਦੇ ਹਾਂ ਜੀ। ਦੇਖ ਸਕਦੇ ਹੋ ਅਸੀਂ ਟ੍ਰੇਨ, ਬਹੁਤ ਲੰਬੀ ਟ੍ਰੇਨ ਹੈ ਜੀ। ਇਹਦਾ ਇੰਜਣ ਸਾਹਮਣੇ ਹੈ ਜੀ, ਕੈਫੇਟੇਰੀਆ, ਤੁਸੀਂ ਉੱਥੇ ਬੈਠ ਕੇ ਕੁਛ ਖਾ ਸਕਦੇ ਹੋ, ਅਸੀਂ ਵੀ ਖਾ ਲੈਂਦੇ ਹਾਂ ਕਿ ਬਹੁਤ ਥੱਕ ਚੁੱਕੇ ਹਾਂ। ਬਹੁਤ ਵੱਡੀ ਲੇਕ ਹੈ ਜੀ, ਦੇਖ ਸਕਦੇ ਹੋ ਬਹੁਤ ਜ਼ਿਆਦਾ ਵੱਡੀ ਲੇਕ ਹੈ। ਤੁਰਨ ਨੂੰ ਤੁਹਾਨੂੰ ਆਰਾਮ ਨਾਲ 1 ਘੰਟਾ ਜਾਂ 1/2 ਘੰਟਾ ਲੱਗ ਜਾਂਦਾ ਜੀ, 1.5 ਘੰਟਾ ਤੱਕ ਅਸੀਂ ਆਰਾਮ ਨਾਲ ਘੁੰਮਦੇ ਹਾਂ, ਸਾਰੀ ਚੀਜ਼ਾਂ ਨੂੰ ਵਿਜ਼ਿਟ ਕਰ ਚੱਲਦੇ ਹਾਂ। ਆਪਾਂ ਚੱਲਦੇ ਹਾਂ ਜੀ ਕੈਫੇਟੇਰੀਆ ਵੱਲ, ਅਤੇ ਕੁਛ ਦੇਰ ਕੁਛ ਖਾ ਕੇ ਰਿਲੈਕਸ ਕਰਦੇ ਹਾਂ। ਬੱਚਿਆਂ ਲਈ ਜੀ 50 ਰੁਪੀਸ ਦੀ ਟਿਕਟ ਹੈ, ਅਤੇ ਜੇਕਰ ਕੋਈ ਵੱਡਾ ਬੱਚਾ
है ना, कोई करना चाहता लाइक दिस द हो 80 रुपीज पर पर्सन या पर हेड लगते हैं। तिरुपति फूड काउंटर है जी, इतने असी पहले तो असी टोकन लाओगे इस साइड तो, फिर तुम अंदर खा सकते हो जी। ये सामने रेट लिस्ट लगी है, इस जगह तुम ऑर्डर कलेक्ट करना जी। काफी गार्डन्स बने हुए ने, ये है जी कमला नेहरू कंकरिया गार्डन, इतने तुम टिकट ले सकते हो जी। टिकट प्राइसेस हम दिखा देने हैं, इस साइड से जी फूड काउंटर, तो इधर आप इस गार्डन जा सकते हैं। कंकरिया झील दे बेच जी, ये बनया हुआ भूत बंगला हॉरर हाउस, भूत बंगला चलते आप देखते हैं नू केड़े केड़े भूत ने अंदर। ₹70 की टिकट है जी, तुम पढ़ सकते हो वन परसन एक बंदे की ₹70 टिकट है जी। ये जी हम आप कर दे वोटिंग, टिकट देख लें जी। ₹130 पर परसन दी इत्थे टिकट है जी, उस साइड है जी बोट। टिकट आपां ले लिया जी, ते चलदे आं बोट दे विच नूं ते सफर करदे आं बोट दा। पहला आपां लाइफ जैकेट्स पहनदे आं, फिर आपां वोटिंग करन चलदे आं जी। ए है जी अपनी बोट, चलदे आं इस दे विच जी। ए ने जी पायलट इस किश्ती दे, ए आपां नूं पूरा इहदा कंकरिया झील दा गेड़ा दिवाउणगे, ते चलदे आं देखदे आं अज इहनां दी ड्राइव। सप्रीत भी लाइफ जैकेट पा के बैठ गया है अज ही, तो चलते हैं आप इस कंकरिया झील में घूमते हैं, ये बोटिंग का लैने नज़ारा जी। अज ਸਭੀ ਕਿਦਾਂ ਦੀ ਲੱਗੀ ਰਾਈਡ? ਵਧੀਆ ਵਧੀਆ ਸੀ। ਅਗੇਨ ਟੂ ਦ ਲੇਕ ਐਂਡ ਹੀ ਗਿਵਸ ਅ ਨੇਮ ਐਸ ਅ ਕੰਕਰੀਆ। ਕੰਕਰੀਆ ਲੇਕ ਵਾਸ ਗਿਵਨ ਬਾਈ ਵਨ ਆਫ ਦ ਰਿਚ ਮੈਨ ਆਫ ਗੁਜਰਾਤ। ਕੰਕਰੀਆ ਨਾਮ ਉਹਦੇ ਨਾਮ ਤੇ ਪਿਆ ਜੀ। ਪਹਿਲੇ ਤਾਂ ਹੋਜੇ ਕੁਤੁਬ ਦਾ ਨਹੀਂ, ਪਹਿਲੇ ਹੋਜੇ ਕੁਤੁਬ ਦਾ। ਅੱਛਾ ਜੀ, ਉਸ ਤੋਂ ਬਾਅਦ ਹੀ ਹੋਆ ਕੰਕਰੀਆ। ਕੰਕਰੀਆ 1905 ਮੈਂ। ਅੱਛਾ ਜੀ, ਇਸ ਤਰ੍ਹਾਂ ਦੀ ਤਾਂ ਹੀ ਹੋ ਗਿਆ। ਅੱਛਾ ਜੀ, तो उसके फिर वापस खर्च करके उसका कंकर से पाली बना, कंकर से कंकरिया। अच्छा, टीपे टीपे से सरोवर,
पानी का छिपा छिपा दिन का बारिश, बूंद 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 से बारिश, पत्थर पत्थर से पत्थर जाकर जाकर।